الرحمن الرحيم الله ارزقنا في الدنيا وزيارة الحسين وفي الآخرة شفاعة الحسين اللهم اكتبنا من زوار الحسين وجلنا من الباكين في يداء الحسين اللهم اشورنا تحت لواء الحسين اللهم اشورنا في زمرة الحسين اللهم ادخلنا الجنة من باب الحسين عليه السلام برحمتك يا ارحم الراحمين جتنی ممکن ہے اتنی بلند صلوات تلاوت میں نے فرش ازا فرش ازا تے بن والے تمام زدار و پردے دار جتنی دعاواں تھوڑے سرے دیاں اور تھوڑے ذمے لگیاں ਜਿਤਨੀਆਂ ਦੁਆਵਾਂ ਮੇਰੀਆਂ ਔਰ ਮੇਰੇ ਜ਼ਿੰਮੇ ਲੱਗੀਆਂ ਤਮਾਮ ਦੁਆਵਾਂ ਦੀ ਮੁਸਤਜਾਬੀਅਤ ਦੀ ਖਾਤਿਰ ਸਾਰੇ ਰਲ ਕੇ ਸਲਾਵਾਤ ਤਿਲਾਵਤ ਫਰਮਾ ਮਤਕੀਮ ਆਲੇ ਮੁਹੰਮਦ ਵਾਰਿਸ ਖੂਨੇ ਹੁਸੈਨ ਜ਼ਮਾਨੇ ਨਸਲੇ ਮੁਸਤਫਾ ਜ਼ਮਾਨਤ ਨਸਲੇ ਮੁਹੰਮਦ ਹਕੀਕੀ ਆਇਤੁੱਲਾ ਹਕੀਕੀ ਹੁਜਤੁੱਲਾ ਹਕੀਕੀ ਲਿਸਾਨੁੱਲਾ ਹਕੀਕੀ ਮਸ਼ੀਅਤੁੱਲਾ ਹਕੀਕੀ ਕੁਦਰਤੁੱਲਾ ਵਰਸੇ ਬਿਨਾ ਇਲਾਹਾ ਇਲਾ ਵਰਸੇ ਇਨਮਾ ਵਰਸੇ ਸ਼ਬੀਰ ਵਰਸੇ ਤਦਹੀਰ ਪਾਕ ਵਿਵਿਧਾ ਬੇਮਿਸਲ ਔਰ ਬੇਮਿਸਾਲ ਬਛੜਾ ਸੁਲਤਾਨ ਜ਼ਮਾਨਾ ਸੁਲਤਾਨ ਕਾਇਨਾਤ ਦੀ ਜਲਦਾ ਮੰਦੀ ਖਾਤਿਰ ਜਿਸ ਹਜ਼ਾਰਦਾਰ ਇਤਨਾ ਦਿਲ ਤੜਪਦਾ ਹੈ ਇਤਨਾ ਦਿਲ ਮਚਲਦਾ ਹੈ ਉਤਨੀ ਬੁਲੰਦ ਸਲਾਵਾਤ ਤਿਲਾਵਤ ਨਾਹਿਦ ਵਰਗੁਲ ਇਕਰਾਮ ਬਾਦਸ਼ਾਹ ਹੁਸੈਨ ਦੇ ਮਾਤਮੀ ਜ਼ਦਾਰ ਸਦਾਤ ਵਗੈਰੇ ਸਾਦਾਤ ਫਿਰਜ਼ ਤਹਿਰੁ ਸ਼ਾਹ ਅਲੀ ਅਕਬਰ ਬਾਦਸ਼ਾਹ ਦੇ ਤਈਬ ਤੈਰ ਬਾਵੇ ਦੀ ਤਈਬ ਤੈਰ ਨਲੈਨ ਸਾਫ਼ ਕਰਕੇ ਉਸਦੇ ਥੱਲੋਂ ਰਿਜ਼ਕ ਇਕੱਠਾ ਕਰਨ ਵਾਲਿਆਂ ਦੀ ਲਿਸਟ ਵਿੱਚ ਮੈਂ ਆਪਣਾ ਨਾਮ ਦਰਜ ਕਰਾਂਗਾ। ਸ਼ੁਰੂ ਕਰਦੇ ਹਾਂ ਜਨਾਬ, ਜੋ ਬਰਾਮਦਗੀ ਹੈ ਯਕੀਨਨ ਸ਼ਿਰਾਜ ਸਾਹਿਬ ਕਬਲਾ ਜਸਣ ਔਰ ਉਹੀ ਤਾਬੂਤ ਪਾਕ ਦੀ ਬਰਾਮਦਗੀ ਕਰਵਾਏ ਸਨ। ਚਲੋ ਮੈਂ ਮੌਸਮ ਮੁਤਾਬਕ ਉਸ ਹਸਤੀ ਦੀ ਇੱਜ਼ਤ 'ਤੇ ਦੋ ਬਾਤਾਂ ਕਰਾਂ ਤਾਂ ਕਿ ਜਦੋਂ ਆਖਰੀ ਜ਼ਾਕਰ ਸ਼ਹਾਦਤ ਪੜ੍ਹੇ ਤਾਂ ਤੁਹਾਨੂੰ ਪਤਾ ਚੱਲੇ ਕਿ ਉਹਦੀ ਇੱਜ਼ਤ ਕਿਆ ਹਾਈ। ਤੋਈ ਹੱਕੇ ਮਿਧਤ ਅਦਾ ਹੋ ਜਾਵੇ, ਬਸ ਆਪਣੇ ਆਪਣੇ ਹਿੱਸੇ ਦਾ ਸੁਣਨਾ ਔਰ ਆਪਣੇ ਆਪਣੇ ਹਿੱਸੇ ਦਾ ਬੋਲਣਾ ਤਾਂ ਕਿ ਥੋੜ੍ਹੇ ਵਕਤ ਜ਼ਿਆਦਾ ਪੜ੍ਹਿਆ ਜਾਵੇ। ਸਿਲਸਿਲਾ ਇਮਾਮਤ ਦੀ ਚੌਥੀ ਕੜੀ ਜ਼ਾਕਰ ਆਖੇ ਤਾਂ ਵੀ ਗਰਮੀ ਹੈ ਅਤੇ ਜ਼ਾਕਰ ਨਾ ਆਖੇ ਤਾਂ ਵੀ ਗਰਮੀ ਹੈ। ਪਰ ਮੌਸਮ ਦੇ ਮੁਤਲਕ ਇੱਕ ਜੁਮਲਾ ਕਿਬਲਾ ਹਜ਼ਰ ਹਸਨ ਜ਼ੈਦੀ ਸਾਹਿਬ ਫਰਮਾਉਂਦੇ ਆ, ਮੈਂ ਉਹ ਸੁਣਾ ਦਿੰਦਾ ਤੁਹਾਨੂੰ, ਅਗਰ ਡੁੱਕ ਪਵੇ ਤਾਂ ਤਹੀ ਚੱਕ ਰਿਹਾ। ਜ਼ੈਦੀ ਸਾਹਿਬ ਆਦੇ ਹਨ ਕਿ ਡਾਢੀ ਗਰਮੀ ਹੋਵੇ ਜਾਂ ਡਾਢੀ ਸਰਦੀ ਹੋਵੇ, ਮੌਸਮ ਸਾਰੇ ਅੱਲਾਹ ਦੇ ਹੁਕਮ ਨਾਲ ਬਣਾਏ ਅਲੀ ਨੇ। ਚੰਗੀ ਗਰਮੀ ਹੋਵੇ, ਚੰਗੀ ਸਰਦੀ ਹੋਵੇ, ਇਹ ਜਿਤਨੇ ਮੌਸਮ ਨੇ ਇਹ ਰੱਬ ਦੇ ਹੁਕਮ ਨਾਲ ਬਣਾਏ। ਕਹਿੰਦੇ ਜੀ ਆਕਾ ਅਲੀ ਨੇ ਉਹ ਅਧਿਆਨ ਅਲੀ ਵਾਲੇ ਵਾਸਤੇ ਡਾਢੀ ਸਰਦੀ ਅਤੇ ਡਾਢੀ ਗਰਮੀ ਚੰਗੀ ਨਾ ਹੋਵੇ ਆ ਅਤੇ ਮੁੜ ਅਲੀ ਕਦੀ ਨਾ ਬਣਾਵੇ ਆ। ਤੋ ਮੁਸਕੁਰਾ ਦੇਣਾ ਤੇਰਾ ਕਾਫੀ ਹੈ। ਸਿਲਸਿਲਾ ਇਮਾਮਤ ਦੀ ਚੌਥੀ ਕੜੀ ਆਪਣਾ ਨਾਮ ਅਲੀ
ਮੁਸਕੁਰਾਉਂਦੇ ਹੋ ਕਿਉਂਕਿ ਸਾਰਾ ਸਾਲ ਨਹੀਂ ਪੜ੍ਹਿਆ ਜਾਂਦਾ ਅਤੇ ਇਹਨਾਂ ਦਿਨਾਂ 'ਚ ਬਿਨਾਂ ਪੜ੍ਹਿਆ ਜਾਵੇ ਤਾਂ ਮੁੜ ਨਵੀਂ ਨਸਲ ਨੂੰ ਕਿਵੇਂ ਪਤਾ ਲੱਗ ਸਕੇ ਕਿ ਸਾਡੇ ਹਾਦੀ ਕੈਸੇ ਆ। ਸਿਲਸਿਲਾ ਇਮਾਮਤ ਦੀ ਚੌਥੀ ਕੜੀ, ਆਪਣਾ ਨਾਮ ਅਲੀ। ਮੁਸਕੁਰਾਓ ਤੇ ਮੈਂ ਇੱਕ ਜੁਮਲਾ ਆਖਾਂ, ਇੱਕ ਦਾਦਾ ਅਲੀ, ਇੱਕ ਪੋਤਰਾ ਅਲੀ। ਕਿਤਨਾ ਸੋਹਣਾ ਕਰਕੇ ਸੁਣ ਸੋ, ਮੈਂ ਨਹੀਂ ਜਾਣਦਾ, ਉਹ ਵੀ ਵੱਡਾ ਅਲੀ ਤੇ ਇਹ ਵੀ ਵੱਡਾ ਅਲੀ। ਉਹ ਵੀ ਵੱਡਾ ਅਲੀ ਤੇ ਇਹ ਵੀ ਇੱਕ ਪੱਖਾ ਮੇਰੇ ਹੱਲ ਹੋ ਪਾਉਂਦਾ ਨਾ ਤਾਂ ਮੈਂ ਬੜਾ ਜਿੰਦੇ ਜਾਨ ਤੇ ਆ ਜਾਵਾਂ। ਮਿਹਰਬਾਨੀ। ਉਹ ਵੀ ਵੱਡਾ ਅਲੀ, ਇਹ ਵੀ ਵੱਡਾ ਅਲੀ। ਮੌਲਵੀ ਬਾਬਾ ਨੇ ਬੜੀ ਕੋਸ਼ਿਸ਼ ਕੀਤੀ ਹੈ, 1400 ਸਾਲ ਹੋ ਗਏ ਨੇ ਸਿਰ ਖਪਾਉਣ ਤੇ ਬਿਤਤ ਹੀਰ ਵਾਲੇ ਵਿਹੜੇ, ਜਾਤੀ ਮਾਰਾਂ ਵੀ ਇਹਨਾਂ 'ਚ ਵੱਡਾ ਖੇੜਾ ਤੇ ਇਹਨਾਂ 'ਚ ਨਿੱਕਾ ਖੇੜਾ ਹੈ। ਉਹ ਖੁਦ ਖੁਆਰ ਹੋ ਕੇ ਰਹਿ ਗਿਆ, ਉਹ ਨਹੀਂ ਪਤਾ ਲੱਗਾ ਵੀ ਇਸ ਵਿਹੜੇ 'ਚ ਵੱਡਾ ਖੇੜਾ, ਇਹਦੇ 'ਚ ਨਿੱਕਾ ਖੇੜਾ। ਸੌਖਾ ਕਰਾਂ, ਇਸ ਵਿਹੜੇ ਦੇ ਵਿੱਚ ਬਜ਼ਾਹਿਰ ਇੱਕ ਸਾਰਿਆਂ ਤੋਂ ਵੱਡਾ ਸੈਯਦ ਹੈ, ਜਿਸ ਨੂੰ ਮੁਸਤਫਾ ਦੇ ਉਸ ਤਰ੍ਹਾਂ ਸ਼ਬਾਨ ਵਾਲੇ ਦਿਹਾੜੇ ਬਜ਼ਾਹਿਰ 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 ਤੇ ਗੌਰ ਕਰਿਆ, ਉਸ ਬਜ਼ਾਹਿਰ ਸਾਰਿਆਂ ਤੋਂ ਨਿੱਕੇ ਨੂੰ ਸਬਜ਼ ਰੰਗ ਦੇ ਕੱਪੜੇ ਦੇ ਵਿੱਚ ਲਪੇਟਿਆ ਤੇ ਮਿੰਬਰ ਤੇ ਆ ਬੈਠੇ, ਨਾ ਤੌਹੀਦ ਤੇ ਲੈਕਚਰ, ਨਾ ਨਬੂਵਤ ਤੇ ਗੁਫ਼ਤਗੂ, ਨਾ ਤੌਹੀਦ ਦੀ ਵਾਜ਼ੋ ਨਸੀਹਤ, ਨਾ ਕੋਈ ਤਬਲੀਗ ਵਿਲਾਇਤ ਦੀਆਂ ਗੱਲਾਂ, ਬਲਕਿ ਬਾਰ ਬਾਰ ਝੋਲੀ ਵਾਲੇ ਨੇ ਵੇਦੈ ਤੇ ਚੁੰਮਦੈ, ਵੇਦੈ ਤੇ ਚੁੰਮਦੈ, ਵੇਦੈ ਤੇ ਚੁੰਮਦੈ, ਵੇਦੈ ਤੇ ਚੁੰਮਦੈ। ਅਰਬੀ ਬੰਦਿਆਂ 'ਚ ਜ਼ਰਾ ਹੌਸਲਾ ਘੱਟ ਹੁੰਦਾ, ਅਰਬੀ ਬੰਦਾ ਤਰੀਕਾ ਤਰੀਕਾ ਉੱਠਿਆ, ਉਸ ਆਖਿਆ ਜੀ ਹੁਣ ਇਹ ਕੀ ਹੈ? ਨਬੀ ਆਖਿਆ ਪਿਆਰ ਨਾਲ ਪੁੱਛ, ਜੋ ਮੈਂ ਆ ਉਹ ਇਹ। ਕਿਹੜਾ ਸੋਹਣਾ ਤੁਹਾਡਾ ਹੱਥ ਬੁਲਾਉਂਦੇ, ਕਿਹੜੀ ਸੋਹਣੀ ਮਜਲਿਸ ਹੈ। ਜੋ ਮੈਂ ਆ ਉਹ ਵੇ, ਉਸ ਅੱਗੇ ਸਰਕਾਰ ਆਖੋ ਤੇ ਜਿਹੜੀਆਂ ਤੁਹਾਡੇ ਕੋਲ ਸੁਣੀਆਂ ਨੂੰ ਦੁਹਰਾ ਲਵਾਂ। ਦਿੱਤਾ ਜਾਂ ਜਿਹੜਾ ਸਬਕ ਨੇ, ਤੁਸੀਂ ਨਬੀ ਹੋ, ਤੁਸੀਂ ਰਸੂਲ ਹੋ, ਤੁਸੀਂ ਵਲੀ ਹੋ, ਤੁਸੀਂ ਸਹਿਬੇ ਸ਼ਰੀਅਤ ਹੋ, ਸਹਿਬੇ ਉਮਤ ਹੋ, ਸਹਿਬੇ ਕਿਤਾਬ ਹੋ, ਸਹਿਬੇ ਕਲਿਮਾ ਹੋ, ਤੁਸੀਂ ਅੱਲਾਹ ਜੈਸੇ ਮੁਹਿਬ ਦੇ ਮਹਿਬੂਬ ਨਬੀ ਹੋ। ਇਹ ਨਿੱਕਾ ਬਾਲ ਜਿਹੜਾ ਕੁਝ ਦੇ ਪਹਿਲੇ ਵੀ ਨਹੀਂ, ਅੱਜ ਹੀ ਕੁਝ ਘੰਟੇ ਪਹਿਲੇ ਆਇਆ, ਮੁੱਢੂ ਇਸ ਨੂੰ ਆਪਣੇ ਹੱਥਾਂ 'ਤੇ ਚਾਹ ਕੇ ਏਡੀ ਵੱਡੀ ਗੱਲ 'ਚ ਫਰਮਾਈ ਨੇ ਵੀ ਜੋ ਮੈਂ ਆ ਓਏ, ਜੋ ਮੈਂ ਆ ਓਏ, ਤੇਰੀ ਵਜ੍ਹਾ ਤੋਂ ਤੇ ਕਾਇਨਾਤ ਬਣੀ ਹੈ। ਜੋ ਮੈਂ ਆ ਓਏ, ਉਹਨਾਂ ਮੇਰੇ ਹੱਲ ਵੇਖੋ, ਮਿਰਜ਼ਾ ਅਤਰ ਸਾਹਿਬ ਲਖਨਊ ਵਾਲੇ, ਉਹਨਾਂ ਫਰਮਾਇਆ ਪਹਿਲੇ ਦਿਨ ਹੀ ਸ਼ਬੀਰ ਨੂੰ ਇੱਥੋਂ ਚਾਹ ਕੇ ਮਜਮੇ 'ਚ ਇੱਥੇ ਬਹਾ ਕੇ ਨਬੀ ਆਖਿਆ ਬਾਰ ਬਾਰ ਇਹਨੂੰ ਨਿੱਘਾ ਨਾ ਆਖ, ਮੈਂ ਇਹਦੇ ਵਿੱਚੋਂ ਆ ਹੁਸੈਨੋ ਮਿਨੀ ਵਾਨਾ ਮਿਨਲ। ਤਵੱਜੋ ਬਹਾਲ ਹੈ ਜੀ, ਮੈਂ ਇਹਦੇ ਵਿੱਚ ਤੁੱਤਾ ਮੈਂ ਪਿਆਦਾ, ਉਹ ਵੀ ਵੱਡਾ ਅਲੀ ਭਾਈ। ਹੁਣ ਮੈਨੂੰ ਉਮੀਦ ਲੱਗ ਪਈ ਕਿ ਤੁਸੀਂ ਮਾਯੂਸ ਨਹੀਂ ਕਰੋਗੇ ਔਰ ਮੌਜੂ ਨਾਲ ਸਫ਼ਰ ਕਰਦੇ ਹੋ, ਸੋ ਉਹ ਵੀ ਵੱਡਾ ਅਲੀ, ਇਹ ਵੀ ਵੱਡਾ ਅਲੀ। ਵਾਲਦ ਪਾਕ ਤੇਰੇ ਇਮਾਮ ਦਾ ਉਹ ਜਿਸ ਆਪਣਾ ਵੱਖਰਾ ਮੁਅੱਲਾ ਬਣਾਇਆ, ਵਾਲਦ ਪਾਕ ਤੇਰੇ ਇਮਾਮ ਦਾ ਉਹ ਜਿਸ ਆਪਣਾ ਵੱਖਰਾ ਮੁਅੱਲਾ ਬਣਾਇਆ। ਜੁਮਲਾ ਮੇਰਾ ਨਹੀਂ, ਜੁਮਲਾ ਮਜਲਸੀ ਸਾਨੀ ਦਾ, ਕਿਬਲਾ ਡਾਕਟਰ ਅਲਾਮਾ ਜ਼ਮੀਰ ਅਖਤਰ ਨਕਵੀ ਸਾਹਿਬ ਵਾਲ ਅਲਾ ਮਕਾਮਾ ਹੂ, ਮੈਂ ਉਹਨਾਂ ਦਾ ਨਾਂ ਲੈ ਕੇ ਪੜ੍ਹਦਾ ਪਿਆ। ਉਹ ਫਰਮਾਉਂਦੇ ਹਨ ਕਬਰ ਇੱਕ ਹੋਵੇ ਜਾਂ ਕਬਰਾਂ ਦਾ ਹੋਵਣ, ਕਬਰਾਂ ਤੂੰ ਕਬਰਸਤਾਨ ਬਣਦਾ,
ਆਪਣੀ ਸਾਦਾ ਪੰਜਾਬੀ ਦੇ ਵਿੱਚ ਆਖਿਆ, ਜਿਹੜੀ ਸਾਡੇ ਇਲਾਕੇ ਦੀ ਯਾਨੀ ਕਬਰਾਂ ਤੂੰ ਗੁਸਤਾਨ ਹੀ ਬਣਦਾ। ਪੀਰ ਫਕੀਰ ਪੁੱਛ ਲੈਂਦਾ ਵੀ ਬਾਲ ਸ਼ਾਮ ਨੂੰ ਰੋਂਦੇ ਗੁਸਤਾਨ ਕਿਤਨਾ ਦੂਰ ਹੀ ਨੇ। ਬੰਦਾ ਕਿ ਨੇੜੇ ਤੁਹਾਡਾ ਥੋੜ੍ਹਾ ਜਿਹਾ ਘਰ ਉਰਾਂ ਪਰਾਂ ਕਰਿਆ, ਗੁਸਤਾਨ ਦੀ ਵਜ੍ਹਾ ਤੋਂ ਬਾਲ ਤੇ ਅਸਰ ਹੁੰਦੇ ਹੁੰਦੇ। ਅੱਛਾ ਤਾਂ ਹੀ ਪਿਆਨਾ ਕਬਰ ਇੱਕ ਹੋਵੇ, ਨੇੜੇ ਘਰ ਕੋਈ ਨਹੀਂ ਗੰਦਾ। ਪਲਾਟ ਜਿੱਡਾ ਸਸਤਾ ਪਿਆ ਵਿਕਦਾ ਹੋਵੇ, ਉੱਥੋਂ ਦਾ ਕਬਰਾਂ ਦੇ ਨੇੜੇ ਮੁੜ ਨਾਲ ਕੋਈ ਨਹੀਂ ਲੈਂਦਾ। ਕਿਉਂ ਆਹਦੇ ਨੂੰ ਕਬਰਸਤਾਨ ਦੀ ਕੰਧ ਨਾਲ ਘਰ ਹੁਣ ਗੱਤ ਕੇ ਬਹਿ ਰਵੀ ਹੈ। ਮੈਂ ਪਿਆਦਾ ਕਬਰ ਇੱਕ ਹੋਵੇ ਤੇ ਕਬਰਾਂ ਦਾ ਹੋਵਣ, ਕਬਰਾਂ ਤੂੰ ਜਨਾਬ ਨਗਰ ਵਾਲਿਓ ਕਬਰਸਤਾਨ ਬਣਦਾ। ਹਾਏ ਹੁਸੈਨ ਏਡਾ ਵੱਡਾ ਬਾਦਸ਼ਾਹ ਹੈ ਜਿਸ ਕਬਰਾਂ ਤੂੰ ਸ਼ਹਿਰ ਚ ਬਣਾਇਆ। ਮਿਹਰਬਾਨੀ ਬਾਈ ਜਾਨ, ਹੁਸੈਨ ਇਤਨਾ ਬੜਾ ਬਾਦਸ਼ਾਹ, ਯਾ ਅਲੀ ਹੁਸੈਨ ਇਤਨਾ ਬੜਾ ਬਾਦਸ਼ਾਹ ਜਿਸ ਕਬਰਾਂ ਤੂੰ ਸ਼ਹਿਰ ਚ ਬਣਾਇਆ। ਤੇ ਸ਼ਹਿਰ ਵੀ ਆਮ ਨਾ, ਸ਼ਹਿਰ ਵੀ ਉਹ ਜਿਹਦੇ ਨਾਲ ਲਫ਼ਜ਼ ਮੌਲਾ ਸੋਹਣਾ ਲੱਗਦਾ। ਵਾਲਦ ਪਾਕ ਤੇਰੇ ਇਮਾਮ ਦਾ ਉਹ ਜਿਸ ਆਪਣਾ ਵੱਖਰਾ ਮੌਲਾ ਬਣਾਇਆ। ਵਾਲਦਾ ਪਾਕ ਤੇਰੇ ਇਮਾਮ ਦੀ ਮੈਂ ਅਕਸਰ ਮੁਖਦਰਾਤ ਦੇ ਨਾਮ ਕਦੀ ਨਹੀਂ ਚਾਹੀ, ਉਹ ਇਸ ਵਾਸਤੇ ਹੁਣ ਲਵਾਂ ਬੱਚਿਆਂ ਨੂੰ ਸਮਝ ਆ ਜਾ। ਮੈਂ ਜਿਵੇਂ ਨਾਮ ਚਾਹਾਂ ਤੁਸੀਂ ਫੌਰਨ ਉਸ ਨਾਂ ਤੇ ਸਲਵਾਤ ਦੀ ਤਾਜ਼ੀਮਨ ਚਾਦਰ ਪਾ ਦੇਵੇ। ਪੁਰਾਣਾ ਨਾਮ ਸ਼ਾਹੇ ਜ਼ਨਾਨ ਔਰ ਅਮੀਰੇ ਮੁਮਕਿਨਾਤ ਇਸ ਸ਼ਹਿਜ਼ਾਦੀ ਦਾ ਨਾਮ ਬਦਲ ਕੇ ਨਾਮ ਰੱਖਿਆ ਸ਼ਹਿਰ ਬਾਨੋ ਸਲਵਾਤੁਲਲਾਹ ਅਲੈਹਾ। ਜੀ ਬਾਨੋ ਪਰਸ਼ੀਅਨ ਜ਼ਬਾਨ ਦਾ ਲਫ਼ਜ਼ ਹੈ, ਪਰਸ਼ੀਅਨ ਜ਼ਬਾਨ ਫਾਰਸੀ ਜ਼ਬਾਨ ਦਾ ਲਫ਼ਜ਼। ਸ਼ਹਿਰ ਦਾ ਮਤਲਬ ਸ਼ਹਿਰ, ਕਿਉਂਕਿ ਸਾਡੀ ਲਸ਼ਕਰੀ ਜ਼ਬਾਨ ਹੈ, ਸਾਰੀਆਂ ਜ਼ਬਾਨਾਂ ਇਕੱਠੀਆਂ ਹੋਈਆਂ। ਸ਼ਹਿਰ ਦਾ ਮਤਲਬ ਸ਼ਹਿਰ ਹੀ ਹੁੰਦਾ, ਬਾਨੋ ਦਾ ਮਤਲਬ ਹੁੰਦਾ ਮਲਕਾ। ਹੁਣ ਜੁਮਲੇ ਦੀ ਜਿਹੜੀ ਦਰੁਸਤ ਅਦਾਇਗੀ ਬਣ ਸੀ, ਜਾਣਦੇ ਝਟਬਾਦ ਵੀ ਤੇ ਉੱਠਣਾ ਸੀ, ਜਾਵੇ ਪਿਆ ਖੈਰ ਹੋ ਲੋ ਹੋ ਲੋ। ਅੱਛਾ ਜਿਹੜੀ ਦਰੁਸਤ ਅਦਾਇਗੀ ਬਣ ਸੀ, ਝਟਬਾਦ ਵੀ ਤੇ ਉੱਠਣਾ ਸੀ, ਉਹ ਬਣ ਸੀ ਬਾਨੂ ਏ ਸ਼ਹਿਰ, ਯਾਨੀ ਸ਼ਹਿਰ ਕੀ ਮਲਕਾ। ਕਦਰ ਫਰਮਾਵੇ, ਮੈਂ ਤੁਹਾਨੂੰ ਬਹੁ ਢੇਰ ਸਾਰਾ ਤੇ ਬਹੁ ਕੀਮਤੀ ਸਮਰ ਕੇ ਕੋ ਕੀਮਤੀ ਸ਼ਹਿ ਸੁਣਾਇਦਾ। ਬਾਨੂ ਏ ਸ਼ਹਿਰ, ਸ਼ਹਿਰ ਕੀ ਮਲਕਾ ਸਲਮਾਨ ਅਲੀ ਕੋ ਲਾਗ ਮੌਲਾ ਮਮੀ ਰਾਮ ਦਾ ਇਹ ਸ਼ਹਿਜ਼ਾਦੀ ਵੀ ਰਾਮ ਮੌਲਾ। ਇਹਨਾਂ ਦਾ ਸਰਦਾਰ ਕਬੀਲਾ ਹੈ, ਸਾਡਾ ਸਰਦਾਰ ਕਬੀਲਾ ਹੈ, ਇਸ ਅਣਜਾਣਦੇ ਨਸੀ ਇਹਨਾਂ ਅਣਜਾਣਦੇ ਘਰੂ ਇੱਕ ਦੂਜੇ ਨੂੰ ਜਾਣਨੇ ਆ। ਮੈਨੂੰ ਪਤਾ ਇਹਨਾਂ ਦਾ ਵੱਡਾ ਘਰਾਨਾ ਹੈ, ਤੇ ਜਿਹੜਾ ਮਾਂ ਪਿਓ ਇਸ ਬੀਬੀ ਦਾ ਨਾਂ ਰੱਖਿਆ ਘੱਟ ਤੇ ਉਹ ਵੀ ਨਾ ਸ਼ਾਹੇ ਜ਼ਨਾਨ, ਲੇਕਿਨ ਹੁਣ ਨਾਮ ਰੱਖਿਆ ਲਿਸਾਨੁੱਲਾ। ਹਾਂ ਨਹੀਂ ਠਰੇ ਤੁਹਾਡੇ ਇਸ ਗੱਲ, ਹੁਣ ਨਾਮ ਰੱਖਿਆ ਲਿਸਾਨੁੱਲਾ। ਔਰ ਮੈਂ ਇਸ ਜੁਮਲੇ ਤੇ ਆਦਰਾਨਾ, ਹਕੀਮ ਦਾ ਫੇਲ ਹਿਕਮਤ ਤੋਂ ਖਾਲੀ ਹੋ ਸਕਦਾ ਹੈ, ਹੋ ਸਕਦਾ ਹੈ। ਮੈਂ ਉਲਟਦਾ ਪਿਆ ਜੁਮਲੇ ਨੂੰ, ਹਕੀਮ ਦਾ ਫੇਲ ਹਿਕਮਤ ਤੋਂ ਖਾਲੀ ਹੋ ਸਕਦਾ ਹੈ, ਅਲਬਤਾ ਅਲੀ ਦਾ ਫੇਲ ਖਾਲੀ ਨਹੀਂ ਹੋ ਸਕਦਾ। ਉਸ ਅੱਗੇ ਮੌਲਾ ਸਮਝ ਨਾ ਆਈ ਵੀ ਮਾਂ ਪਿਓ ਵੀ ਨਾ ਆਮ ਨਾ ਹੀ ਰੱਖਿਆ, ਅਮਾਦਾ ਉਹ ਜੋ ਮੈਂ ਸੁਣਾ ਦੇਵਾਂ। ਮਾਂ ਪਿਓ ਰੱਖਿਆ ਸ਼ਾਹੇ ਜ਼ਨਾਨ, ਨਾਮ ਰੱਖਿਆ ਅਮੀਰੇ ਮੁਮਕਿਨਾਤ ਸ਼ਹਿਰ ਬਾਨੋ। ਮੌਲਾ ਪੁੱਛਣਾ ਇਹ ਚਾਹਨਾ ਕਿ ਸ਼ਹਿਜ਼ਾਦੀ ਕਿਹੜੇ ਸ਼ਹਿਰ ਦੀ ਮਲਕ ਹੈ,
ਕਿਹੜੀ ਜਾਗੀਰ ਦੀ ਮਲਕ ਹੈ, ਕਿਹੜੀ ਨਗਰੀ ਦੀ ਮਲਕ ਹੈ, ਮੈਨੂੰ ਵੇਖ ਸੋ ਤੇ ਮੈਂ ਸੁਣਾ ਲਈ ਸਾਂ, ਕਿਹੜੀ ਸਲਤਨਤ ਦੀ ਮਲਕ ਹੈ। ਅਲੀ ਉੱਠ ਕੇ ਸਲਮਾਨ ਦੀਆਂ ਦੋਵਾਂ ਅੱਖੀ ਦੇ ਵਿੱਚ ਇੱਥੇ ਬੋਸਾ ਦੇ ਕੇ ਆਖਿਆ, ਸਲਮਾਨ ਤੇਰੀ ਮਾਰਫਤ ਤੂੰ ਅਲੀ ਕੁਰਬਾਨ, ਹੁਣ ਪੁੱਛੇ ਇੱਥੇ ਦੱਸਣਾ ਜੰਨਤ ਦੇ ਜਿਤਨੇ ਵੀ ਸ਼ਹਿਰ ਨੇ ਤਮਾਮ ਸ਼ਹਿਰਾਂ ਦਾ ਮਾਲਿਕ ਹੁਸੈਨ ਏ ਮਲਕਾ ਸੱਜਾਦ ਦੀ ਮਾਂ ਏ। ਜੰਨਤ ਦੇ ਜਿਤਨੇ ਵੀ ਸ਼ਹਿਰ ਤਮਾਮ ਸ਼ਹਿਰਾਂ ਦਾ ਮਾਲਿਕ ਹੁਸੈਨ ਮਲਕਾ ਸੱਜਾਦ ਦੀ। ਬੋਲੇ ਕੋਈ ਲੋ ਤੁਸੀਂ ਦੋ ਚਾਰ ਬੰਦੇ ਵਿੱਚ ਐਵੇਂ ਮੂੰਹ ਬੜਾ ਕੇ ਬੈਠੇ ਹੋ, ਬੋਲਦਾ ਬੰਦਾ ਸੋਹਣਾ ਲੱਗ, ਮਲਕਾ ਸੱਜਾਦ ਦੀ ਮਾਏ ਆਪਣਾ ਲਕਬ ਨਾਮ ਅਲੀ, ਲਕਬ ਸੈਯਦ ਸਾਜਦੀਨ ਜ਼ੈਨੁਲ ਆਬਦੀਨ। ਅੱਲਾ ਪਿਆ ਦੇ ਮੇਰਾ ਬੰਦਾ ਮੇਰੇ ਫਰਿਸ਼ਤਿਆਂ ਦਾ ਇਤਰਾਮ ਕਰਾਮ ਕਰ, ਅੱਲਾ ਸੀ ਤੇ ਜੰਮੇ ਇਤਰਾਮ ਕਰਾਮ ਕਰ। ਜਿਹੜੇ ਬੰਦੇ ਸ਼ਬੀਰ ਦੀ ਸਵਾਰੀ ਦੇ ਸੁੰਬਾਂ ਤੋਂ ਸਿਰ ਨਹੀਂ ਚਹਿੰਦੇ, ਐਮਲੰਗ ਬਾਬਾ ਅਦੀਲ ਤੇ ਉਹ ਫਰਿਸ਼ਤਿਆਂ ਦਾ ਕਿਤਨਾ ਕੁ ਇਤਰਾਮ ਕਰਦੇ। ਅੱਲਾ ਫਰਮਾਇਆ ਚੋਖਾ ਕਰਕੇ ਇਤਰਾਮ ਕਰੋ। ਮੈਂ ਕਿਹਾ ਚਲੋ ਇੱਕ ਜੁਮਲੇ ਤੋਂ ਤੁਹਾਨੂੰ ਜ਼ਮਾ ਲਵਾਂ, ਥੱਕਦੇ ਤਾਂ ਨੋ ਪਏ ਬਈ, ਇੱਕ ਜੁਮਲੇ ਤੇ ਤੁਹਾਨੂੰ ਜ਼ਮਾ ਲਵਾਂ। ਪੰਜ ਸੱਤ ਬੰਦੇ ਵੀ ਅਗਰ ਮੇਰੇ ਨਾਲ ਉਸ ਜੁਮਲੇ ਤੇ ਰਲ ਗਏ ਤਾਂ ਮੈਂ ਮੁਤਮਿਨਾ। ਮੈਂ ਕਿਹਾ ਅੱਲਾ ਅਸੀਂ ਤੇ ਏਡਾ ਇਤਰਾਮ ਕਰਦੇ ਹਾਂ ਫਰਿਸ਼ਤਿਆਂ ਦਾ, ਬਈ ਅਸੀਂ ਤੇ ਆਦਮ ਦੇ ਪੁੱਤਰਾਂ ਨੂੰ ਅਲੀ ਦੇ ਪੁੱਤਰਾਂ ਦਾ ਦਰਜ਼ੀ ਮੰਨਦੇ ਹੀ ਨਹੀਂ। ਹਾਏ ਹਾਏ ਚੋਖਾ ਇਤਰਾਮ ਕੀਤਾ ਕਰੋ। ਮੈਂ ਕਿਉਂ ਏਡਾ ਸਖ਼ਤ ਹੁਕਮ ਹੈ? ਫਰਮਾਇਆ ਇਹ ਜਿਹੜੇ ਫਰਿਸ਼ਤੇ ਨੇ ਇਹਨਾਂ ਕੋਲ ਇੱਕ ਅਹੁਦਾ ਹੈ, ਇਹਨਾਂ ਕੋਲ ਇੱਕ ਮਨਸਬ ਹੈ, ਇਹਨਾਂ ਕੋਲ ਇੱਕ ਡਿਗਰੀ। ਮੈਂ ਕਿਹਾ ਅੱਲਾ ਉਹ ਕਿਹੜੀ ਆ ਕਿ ਸਾਰੇ ਦੇ ਸਾਰੇ ਸਾਜਿਦ ਨੇ? ਕਿਆ ਬਾਤ ਹੈ ਜਨਾਬ, ਇਹ ਸਾਰੇ ਦੇ ਸਾਰੇ? ਮੈਂ ਬੜਾ ਮੁਤਮਿਨ ਹਾਂ, ਜੋ ਪੜ੍ਹਨਾ ਚਾਹੀਦਾ ਹੀ ਮੈਂ ਉਹੀ ਪੜ੍ਹਦਾ ਖਲੋਤਾ ਹੈ। ਇਹ ਸਾਰੇ ਦੇ ਸਾਰੇ ਸਾਜਿਦ ਨੇ? ਤੁਹਾਡੇ ਕੋਲ ਵਕਤ ਹੁੰਦਾ ਤੇ ਬਾਨੀਆਂ ਕੋਲ ਵੀ ਟਾਈਮ ਦੀ ਗੁੰਜਾਇਸ਼ ਹੁੰਦੀ ਤੇ ਮੇਰੇ ਕੋਲ ਵੀ, ਮੈਂ ਇੱਕ ਕਲੀ ਵਾਲੇ ਦੇ ਹੱਥਾਂ ਚੁੰਮਾਂ ਹਾਂ। ਓਏ ਬੜਾ ਮੁਕੱਦਰ ਤੇਰਾ ਅੱਲਾ ਉੱਚਾ ਬਣਾਇਆ ਹੈ, ਜਿਹੜਾ ਰੱਬ ਤਿੰਨ ਚੌਥਾ ਇਮਾਮ ਦਿੱਤਾ ਹੈ, ਉਹ ਸਾਜਿਦ ਨਹੀਂ, ਉਹ ਸੈਯਦ ਸਾਜਿਦੀਨ ਹੈ। ਮਿਹਰਬਾਨੀ ਬਾਈ ਜਾਨ, ਉਹ ਸਾਜਿਦ ਨੇ, ਉਹ ਸਾਜਿਦ ਨੇ, ਉਹ ਸੈਯਦ ਸਾਜਿਦੀਨ। ਕੀ ਤਰਜਮਾ ਬਣਸ ਸਰਦੇ ਕਰਨ ਵਾਲਿਆਂ ਦਾ ਸਰਦਾਰ? ਅੱਛਾ ਇਹ ਜਿਹੜਾ ਤਰਜਮਾ ਤੁਸੀਂ ਸਾਰਿਆਂ ਕੀਤਾ, ਇਹ ਸ਼ਾਇਦ ਕਿਸੇ ਦੇ ਹਲਕ ਚੂ ਔਖਾ ਥੱਲੇ ਲਵੇ। ਜਿਲੇ ਮੈਂ ਗਿਣਨਾ ਨਾ ਮੈਂ ਕਿਹੜਾ ਕਿਹੜਾ ਸਾਜਿਦ ਹੈ। ਮਿਹਰਬਾਨੀ ਮਿਹਰਬਾਨੀ, ਦੂਰ ਬੈਠੇ ਹੋ ਦੁਆ ਕਰਦੇ ਰਹੇ। ਜਿਲੇ ਮੈਂ ਗਿਣਿਆ ਮੈਂ ਕਿਹੜਾ ਕਿਹੜਾ ਸਾਜਿਦ ਹੈ, ਮੁੜ ਸੌੜ ਭੀੜ ਬਣ ਸੀ ਹੈ ਬਈ ਹੁੰਦਾ ਹੁੰਦਾ ਹੁੰਦਾ। ਚਲੋ ਮੈਂ ਥੋੜੀ ਜੀ ਨਰਮੀ ਵਰਤਾ, ਇੰਚ ਕਰਦੇ ਹਾਂ, ਥੋੜੀ ਰਹਿਤ ਪੈਦਾ ਕਰਦੇ ਹਾਂ। ਸਮਝ ਤੇ ਤੁਸੀਂ ਗਏ ਹੋ ਆਪ ਸਾਰੇ ਸਿਆਣੇ।
ਚਲੋ ਮੈਂ ਇੰਚ ਕਰਦਾ ਬਈ ਸਜਦਿਆਂ ਦਾ ਸੁਲਤਾਨ, ਠੀਕ ਠੀਕ ਸਜਦਿਆਂ ਦਾ ਬਈ ਨਜੇ ਮੋਰਾ ਆਉਣਾ ਬਿਲਕੁਲ ਆ ਗਿਆ। ਮੈਂ ਕਿਹਾ ਇਹਦੇ ਲਾ ਬੂਬਾ ਸੀ ਤੇ ਖੁਲਵਾ ਹੁਆ ਹੈ ਸਜਦੇ ਕਰਨ ਸਲਵਾਤ ਪੜੋ ਬਾਈ ਜਨ ਮੈਂਬਰ ਤੱਕ ਸਰਕਾਰ ਬਿਸਮਿਲ੍ਲਾ ਕਾਰੀ ਕਸਾਇਦ ਜੀ ਜੀ ਮੈਂ ਨੌਕਰੀ ਅੱਛਾ ਜੀ ਮੈਂ ਪੜ੍ਹਦੇ ਕਾਰੀ ਕਸਾਇਦ ਇੱਜ਼ਤ ਮਾਬ ਬਹੁਤ ਬੜੇ ਜ਼ਾਕਿਰ ਬਹੁਤ ਬੜੇ ਇਨਸਾਨ ਮੌਲਾ ਦੇ ਮਾਤਮੀ ਪੁਰਸਾਦਾਰ ਜ਼ਾਕਰ ਜਨਾਬ ਕਿਬਲਾ ਭਾਈ ਸੈਦ ਨਜਮੁਲ ਹਸਨ ਸ਼ਿਰਾਜ਼ੀ ਸਾਹਿਬ ਬੀਬੀ ਪਾਕ ਕਦਮ ਕਦਮ ਤੇ ਮਾਫਸਦ ਫਰਮਾ ਬੜੀ ਕਰੀਬ ਆ ਵੀ ਜਿਹੜੇ ਲੱਗੀ ਹੈ ਸਰਦੇ ਕਰਨ ਵਾਲਿਆਂ ਸੁਲਤਾਨ ਸਰਦੇ ਕਰਨ ਵਾਲਿਆਂ ਦਾ ਸੁਲਤਾਨ ਸਰਦੇ ਕਰਨ ਵਾਲਿਆਂ ਦਾ ਸੁਲਤਾਨ ਵੀ ਇੱਕ ਸਲਵਾਤ ਪੜ੍ਹ ਲਓ ਸਾਰੇ ਦਾ ਸਰਦੇ ਕਰਨ ਵਾਲਿਆਂ ਦਾ ਸੁਲਤਾਨ ਨੇੜੇ ਲਾ ਵੀ ਸਰਦੇ ਕਰਨ ਵਾਲਿਆਂ ਦਾ ਸੁਲਤਾਨ ਸਰਦੇ ਕਰਨ ਵਾਲਿਆਂ ਦਾ ਸਰਦਾਰ ਵਤਕਾਂ ਇੱਕ ਵਾਰੀ ਮੈਂ ਥੋੜੀ ਜਿਹੀ ਰਹਿਤ ਜਿਹੜੀ ਪੈਦਾ ਕੀਤੀ ਆਈ ਉਹ ਇਹ ਕੀਤੀ ਆਈ ਮੈਂ ਸਰਦਿਆਂ ਦਾ ਸੁਲਤਾਨ ਆਓ ਕੰਬਲਾ ਗਿਣੀਏ ਤ੍ਰੈ ਸਰਦੇ ਪੜਦੇ ਔਰ ਉਹਦੇ ਨਾਲ ਹੀ ਮਸਾਹਿਬ ਚ ਪੜਦੇ ਮੈਂ ਕਿਹੜੇ ਕਿਹੜੇ ਸਰਦੇ ਦਾ ਸਜਾਦ ਸੁਲਤਾਨ ਹੈ ਚਲੋ ਨੇੜੇ ਲਾਨਾ ਮੈਂ ਉਸਕੇ ਸਰਦੇ ਕਾ ਮਤਲਬ ਸਮਝ ਨਹੀਂ ਸਕਤਾ ਇਹ ਕਪੜੇ ਦਾ ਸ਼ਾਮੀਆਨਾ ਲੋਹੇ ਦਾ ਨਹੀਂ ਨਾ ਹੀ ਕੋਈ ਸਰੀਆ ਸੀਮਟ ਇਹਦੇ ਚੋਂ ਆਵਾਜ਼ ਤੁਸੀਂ ਆਪਣੀ ਅਗਰ ਪਾਰ ਟਪਾ ਲਈ ਤੇ ਵੱਧ ਨਜਫ ਦੀ ਕੱਦ ਤਾਈ ਹੁਣ ਕੋਈ ਨਹੀਂ ਡੱਕ ਸਕਦਾ ਤੇ ਇੱਥੋਂ ਹੀ ਨਾ ਗੁਜ਼ਾਰ ਸਕਿਓ ਤੇ ਮੁੜ ਤੁਹਾਡਾ ਵੀ ਨਸੀਬ ਤੇ ਮੇਰੀ ਵੀ ਕਿਸਮਤ ਮੈਂ ਪੈਦਾ ਮੈਂ ਉਸਕੇ ਸਜਦੇ ਕਾ ਮਤਲਬ ਸਮਝ ਨਹੀਂ ਸਕਤਾ ਕਿ ਜਿਸ ਕੀ ਜ਼ਰਬ ਹੋ ਅਫਜ਼ਲ ਤਮਾਮ ਸਜਦੋਂ ਸੇ ਮੈਂ ਉਸਕੇ ਸਜਦੇ ਕਾ ਮਤਲਬ ਮੈਂ ਉਸਕੇ ਸਜਦੇ ਕਾ ਮਤਲਬ ਸਮਝ ਨਹੀਂ ਸਕਤਾ ਕਿ ਜਿਸ ਕੀ ਜ਼ਰਬ ਹੋ ਅਫਜ਼ਲ ਤਮਾਮ ਸਜਦੋਂ ਸੇ ਵੈਸੇ ਅਗਰ ਮੁਸਕੁਰਾ ਕੇ ਮੈਨੂੰ ਵੇਖੋ ਤੇ ਮੈਂ ਜੁਮਲਾ ਪਹੁੰਚਾਉਣ ਵਿੱਚ ਕਾਮਯਾਬ ਹੋ ਜਾਵਾਂਗਾ ਬਾਬਾ ਜੀ ਉਹ ਜਿਸ ਦੀ ਜ਼ਰਬ ਸਕਲੈਨ ਦੀ ਬੰਦਗੀ ਤੋਂ ਅਫਜ਼ਲ ਏ ਔਰ ਉਸ ਦਾ ਸਜਦਾ ਕਿਸੇ ਨੂੰ ਸਮਝ ਨਹੀਂ ਪਿਆ ਆਉਂਦਾ ਆਪਸ ਦੀ ਗੱਲ ਏ ਉਸ ਦੇ ਸਜਦੇ ਦੇ ਸੁਲਤਾਨ ਦਾ ਨਾਮ ਵੀ ਸੈਯਦ ਏ ਸੱਜਾਦ ਏ ਉਸਦੇ ਸਜਦੇ ਦੇ ਸੁਲਤਾਨ ਦਾ ਨਾਮ ਵੀ ਸੈਯਦ ਏ ਸੱਜਾਦ ਏ ਇੱਕ ਹੋਰ ਸਜਦਾ ਪੜ੍ਹਦਾ ਔਰ ਤਰੀਜੇ ਸਜਦੇ ਨਾਲ ਮਸਾਹਿਬ ਪੜ੍ਹਦਾ ਮੈਂ ਬਾਦਸ਼ਾਹ ਦਾ ਇਹੋ ਇੱਕੋ ਲਕਬ ਪੜ੍ਹਨਾ ਚਾਹੁੰਦਾ ਸਵਾਲ ਹੈ ਕਿਸੇ ਮਾਤਮੀ ਐ ਜਬੀਨੇ ਮੁਸਤਫਾ ਭਜਨ ਜਿੱਥੇ ਜਿੱਥੇ ਜਗ੍ਹਾ ਮਿਲੇ ਮਿਹਰਬਾਨੀ ਫਰਮਾਣਾ ਬੰਦੇ ਜਾਣਾ ਬਾਰ ਬਾਰ ਉੱਠਦੇ ਰਹੋ ਸੋ ਕਿਉਂ ਟਾਈਮ ਜਿਹੜਾ ਲਾਇਆ ਹੁੰਦਾ ਰਸ ਟਾਈਮ ਬਚਾ ਲਓ ਕੀਮਤੀ ਐ ਜਬੀਨੇ ਮੁਸਤਫਾ ਮੁਸਤਫਾ ਨਾ ਜਬੀਨੇ ਮੁਸਤਫਾ
اے جبین مصطفیٰ ہمیں یہ تو بتا، مہربانی مصطفیٰ نا جبین مصطفیٰ، اے جبین مصطفیٰ اساں ماتمیاں دا سوال ہے تیرے تے، ہمیں یہ تو بتا تیرے کتنے سجدوں کا صلہ ہے سیدہ، سورہ کوثر اٹھا کے پڑھ لو، اللہ فرمایا نماز بھی پڑھ قربانی بھی کر، کیوں ہم نے تجھے کوثر عطا کیا، اللہم اے جبین مصطفیٰ ہمیں یہ تو بتا تیرے کتنے سجدوں کا صلہ ہے سیدہ، مسکرا کے ویکھو تے میں جملہ اگلا کھچا، اے جس دے سجدیاں دا صلہ بتولے اس دے سجدیاں دے مالک دا نام ہی سجاد ہے، تریلا سجدہ پڑھیے، تریلا سجدہ حیران کن، او سجدہ آخر حسین ابن علی دا، سجدہ آخر کس دا؟ آقا مولا حسین ابن علی دا، شبیر کیوں پیشانی رکھی سجدے حلب دے کریم جھگیاں لگیاں، یا جھگیاں حلب دے کریم جھگیاں لگیاں، تو نہ جھگیاں لے آنو، علی پوچھے آبے تسی سویرے سویرے سورج اگے جھکے کھلے ہوندے، او نہ کہ یہ ساڈا دیوتا ہے اجی پوجا کر دیا سورج دی ساڈا خدا، علی مسکرا پے، اگر وطن دا مجمع نہیں سمجھے گا تو کون سمجھے گا، علی آ کیا او کیڑا خدا ہوندا ہے جڑا دمی چڑے، اے دشامی غروب ہو جاؤ، اے تو خدا تھوڑے آنکھے لگ دے، انہا کہڑی ساری رات ترلے کر دیا تھا دمی چڑ دے، علی آ کیا اچھا تے جیڑا یہ دیتے بھی حکم چلا لوے، کیا بات ہے، علی فرمایا جڑا یہ دیتے حکم چلا لگ، اونا کیا موڑا اے تھوڑا جا نکا خدا ہویا تے او تھوڑا جا وڈا خدا ہویا، فرمایا نہیں خدا خدا ہی ہوندے، اوندے چ نکے وڈے والا آپشن موجود نہیں ہوندا، بے بندہ آکھے بھی یہ نکا خدا ہے تے وڈا، اونا کیا ویسے کون اس دھرتی تے جڑا ساڈے ایڈے وڈے خدا چمک دے دمک دے تے حکم چلا لوے، علی فرمایا کام تے ویسے میرا نوکر بھی کر سکتا ہے، بتا دے دعا یس کام تے میں تو لب دا ودا و تھوڑ لب بے، چلو ٹھیک کام تے ہو سکتا نوکر بھی کر، چلو آج میں تو ناپ کر کے بھی کہنا، اے رد و شمس ایک تے کوفے علی، ویسے علی آقا اپنی زندگی دے وچ کم از کم وکھریاں وکھریاں وجوہات موجود نے، 16 واری علی بار بار سورج ہٹایا،
ਮੈਂ ਇੱਕ ਵਜਾ ਪਿਆ ਪੜਦਾ ਅਲੀਏ ਉਂਗਲੀ ਦਾ ਸੱਜੇ ਹੱਥ ਦੀ ਇਸ ਉਂਗਲੀ ਦਾ ਇਹ ਹਲਕਾ ਜਿਹਾ ਇਸ਼ਾਰਾ ਕੀਤਾ ਬਸ ਅਲੀ ਦੀ ਉਂਗਲੀ ਦੇ ਨਾਲ ਜਿੱਥੋਂ ਨਿਕਲਦਾ ਉੱਥੇ ਆਇਆ ਬਤ ਅਲੀ ਉਂਗਲੀ ਇਨ ਕਰੇ ਤੇ ਉਹਦੇ ਜਾਵੇ ਉਹ ਜਿਹਦੇ ਜਿਹਦੇ ਸੂਰਜ ਜਾਵੇ ਉਹਦੇ ਉਹਦੇ ਵੇਦੇ ਗਏ ਅਲੀ ਆ ਗਿਆ ਹੁਣ ਦੱਸੋ ਕਿੱਥੇ ਡੱਕਾਂ ਉੱਥੇ ਡੱਕਾਂ ਇੱਥੇ ਡੱਕਾਂ ਇੱਥੇ ਡੱਕਾਂ ਇੱਥੇ ਡੱਕਾਂ ਇੱਥੇ ਡੱਕਾਂ ਜਾਂ ਇੱਥੇ ਲੈ ਆਵਾਂ ਇੱਥੇ ਹੀ ਉਹ ਸਾਰੇ ਉਹਨਾਂ ਫੌਰਨ ਸਰਦੇ ਸਿਰ ਚ ਰੱਖਿਆ ਉਹਨਾਂ ਕਿਹਾ ਐਵੇਂ ਬਜ਼ੁਰਗਾਂ ਤੂੰ ਕੋਈ ਚਬਲ ਵਗ ਗਈ ਹੈ ਜਿਹੜਾ ਇਹਨੂੰ ਖੁਦਾ ਮੰਨਦੇ ਰਹਿਣ ਉਹ ਨਹੀਂ ਖੁਦਾ ਤੇ ਤੂੰ ਹੋਇਓ ਅਗਰ ਇੱਥੇ ਹੀ ਉਹ ਜਦੋਂ ਵੇਖਿਆ ਨਾ ਕਿ ਅਲੀ ਨੂੰ ਖੁਦਾ ਪੇ ਮੰਨਦੇ ਨਾ ਅਲੀ ਫੌਰਨ ਆਪਣੀ ਪਹਿਚਾਨੀ ਸਰਦੇ ਚ ਰੱਖ ਕੇ ਫਰਮਾਇਆ ਅੱਲਾ ਗਵਾ ਰਵੀ ਅਲੀ ਸਰਦੇ ਕਰਾਣ ਨਹੀਂ ਆਇਆ ਅਲੀ ਸਰਦੇ ਬਚਾਣ ਜਲਦੀ ਨਾਲ ਹੁਣ ਜਿਹੜੇ ਕੰਮ ਕਰ ਬਲਾ ਸ਼ਬੀਰ ਕੀਤੀ ਖਲਾ ਸਰਦੇ ਚ ਸਿਰ ਰੱਖਣ ਦੀ ਵਜ੍ਹਾ ਖਲਾ ਪੜ ਜਿਹੜੇ ਕੰਮ ਸਰਦਾਰ ਹੁਸੈਨ ਜਿਹੜੇ ਕੰਮ ਸ਼ਬੀਰ ਕੀਤੀ ਖਲਾ ਉਹ ਤੇ ਆਮ ਹਾਨੀ ਨਾ ਯਾਨੀ ਸ਼ੈਤਾਨ ਟਿੱਬੇ ਕਰ ਬਲਾ ਤੇ ਖਲੋ ਕੇ ਆਖਿਆ ਖਾਲਕ ਨੂੰ ਅਜ਼ਮਾਵਾਂ ਤੇਰਾ ਆਸ਼ਕ ਇਹ ਸੂਰਜ ਦੀਆਂ ਦੋ ਅੱਖਾਂ ਪੂਰੀਆਂ ਖੁੱਲਣ ਜੀ ਤੇ ਬਰਫਾਨੀ ਚਟਾਨਾਂ ਤੋਂ ਜਾ ਕੇ ਟਕਰਾ ਕੇ ਦੀ ਰੋਸ਼ਨੀ ਵਾਪਸ ਨਾ ਆਵੇ ਸਿੱਧੀ ਤੇਰੇ ਸਾਸ਼ਕ ਤੇ ਆਵੇ ਤਮੰਨਾ ਸ਼ਬੀਰ ਆਖਿਆ ਨਹੀਂ ਨਹੀਂ ਦੋ ਨਹੀਂ ਚਾਲੀ ਦੀਆਂ ਚਾਲੀਆਂ ਖੋਲ ਵੇਖੀ ਮੇਰੇ ਹੱਲ ਮੈਂ ਮੋਜਜ਼ਾ ਖਲਾ ਪੜਦਾ ਚਾਲੀ ਖੁੱਲੀਆਂ ਸ਼ਬੀਰੇ ਅੱਬਾ ਦੇ ਬਟਨ ਵੀ ਖੋਲੇ ਤੇ ਆਪਣਾ ਚਿਹਰਾ ਉੱਤੇ ਕਰਕੇ ਆ ਦਿਨ ਉੱਥੇ ਨਾ ਖਲੋ ਇੱਥੇ ਮੇਰੇ ਕੋਲ ਲੈ ਆ ਮੈਨੂੰ ਹੁਸੈਨ ਆ ਦੇ ਜਦੋਂ ਹੁਸੈਨ ਸੂਰਜ ਕੋਲ ਸੱਦ ਲਿਆ ਨਾ ਤੇ ਸ਼ਬੀਰ ਖਲੋਤਾ ਰਿਹਾ ਖਲੋਤਾ ਰਿਹਾ ਖਲੋਤਾ ਰਿਹਾ ਤੇ ਚਿਹਰਾ ਵੀ ਸੂਰਜ ਦੇ ਕਰੀਬ ਸ਼ਬੀਰ ਕਰ ਲਿਆ ਉਸ ਟਾਈਮ ਸ਼ੈਤਾਨ ਮੁਨਕਰ ਏ ਸਜਦਾ ਟਿੱਪਾ ਏ ਕਰਬਲਾ ਤੇ ਖਲੋ ਕੇ ਅੱਲਾ ਨੇ ਪਿਆ ਦੇ ਐਵੇਂ ਆਦਮ ਦੇ ਰੋਲੇ ਨੇ ਪਾਈ ਰੱਖਿਆ ਮੈਂ ਤੂੰ ਅਸਲੀ ਖਲੀਫਾ ਲੁਕਾਈ ਰੱਖਿਆ ਤੂੰ ਇਹਨੂੰ ਆਖ ਤੇ ਮੈਂ ਕਰਾਂ ਸਜਦਾ ਉਸ ਟਾਈਮ ਸ਼ਬੀਰ ਆਪਣੀ ਪਹਿਚਾਨੀ ਸਜਦੇ ਦੇ ਵਿੱਚ ਰੱਖੀ ਆਪਸ ਵਿੱਚ ਜਿਹੜੇ ਦੋ ਪਹਿਲੇ ਸਜਦੇ ਪੜੇ ਉਹ ਸਜਦੇ ਜ਼ਖਮੀ ਨਾ ਜਿਹੜਾ ਹੁਣ ਸਜਦਾ ਪਿਆ ਪੜਦਾ ਇਹ ਜ਼ਖਮੀ ਸਜਦਾ ਇਹ ਜਿਹੜਾ ਜ਼ਖਮੀ ਸਜਦਾ ਹੈ ਜਿਹਦੀ ਵਜ੍ਹਾ ਤੋਂ ਮਸਜੂਦ ਮੁਤਮਿਨ ਹੋ ਗਿਆ ਕਿ ਮੈਂ ਬਚ ਗਿਆ ਇਸ ਦੇ ਸੁਲਤਾਨ ਦਾ ਨਾਮ ਸੈਯਦ ਸਾਜਦੀਨ ਇਸ ਸਜਦੇ ਦਾ ਮਾਲਕ ਉਹ ਮੁਖਤਾਰ ਵੀ ਮੈਂ ਕਿਹਾ ਭਾਈ ਜਾਨ ਤਾਬੂਤ ਪਾਕ ਦੀ ਬਰਾਮਦਗੀ ਕਰਾਣੀ ਚਲੋ ਮੈਂ 26 ਮਿੰਟ ਮੁਕੱਦਮੇ ਦੇ ਵਿੱਚ ਸੈਯਦ ਸਾਜਦੀਨ ਦੀ ਤਸ਼ਰੀਹ ਚੱਕੀ ਠੱਡੇ ਕਮਰੇ ਏ ਸੀ ਰੂਮ ਵਿੱਚ ਹੈਂ ਅੱਛਾ ਚਲੋ ਪੱਖੇ ਦੇ ਸਾਹਮਣੇ ਏਅਰ ਕੂਲਰ ਦੇ ਸਾਹਮਣੇ ਜਾਂ ਠੱਡੇ ਰੁੱਖ ਦੀ ਛਾਂ ਥੱਲੇ ਸਜਦਾ ਕਰਨਾ ਸੌਖ ਹੈ ਵਿੱਚ ਬਾਜ਼ਾਰ ਦੇ ਮਾਵਾਂ ਨਾਲ ਸਜਦਾ ਕਰਨਾ ਬਾਜ਼ਾਰਾਂ ਵਿੱਚ ਸਜਦੇ ਕਰਨੇ ਮੈਂ ਚਾਰ ਸਲਾਮ ਪੜਦਾ ਤੇ ਬਾਅਦ ਇੱਕ ਬਹਿਣ ਚੈੱਕ ਕਰਦਾ ਢੇਰ ਗਿਰੀਆ ਢੇਰ ਮਾਤਮ ਆਖਰ ਤੇ ਕਰਿਆ ਜਦੋਂ ਬਰਾਮਦਗੀ ਹੋਣ ਚਾਰ ਸਲਾਮ ਚੌਵੇ ਬਾਰਵੇਂ
ਉਹਦੇ ਚੋਂ ਇੱਕ ਪੜਿਆ ਜਾਂਦਾ ਜਾਂ ਦੋ, ਬਾਕੀ ਦੋ ਨਹੀਂ ਪੜੇ ਜਾਂਦੇ। ਮੈਂ ਦੋ ਪੜਦਾ ਚਾ। ਪਹਿਲਾ ਸਲਾਮ ਉਹ ਜਿਹੜਾ ਤੁਹਾਨੂੰ ਹੁੰਦਾ, ਬਾਰਵਾਂ ਦਾ ਮੇਰਾ ਸਲਾਮ ਉਸਤਾਦੇ ਤੇ। ਆਪ ਪੜੋ ਜਿਹਦੇ ਬਦਨ ਦਾ ਗੋਸ਼ਤ ਲੋਹੇ ਦੇ ਜ਼ੇਵਰ ਖਾ ਗਏ, ਕਰ ਲਈ ਤੁਸਾਂ ਹਾਰ। ਬਾਰਵਾਂ ਅਗਲਾ ਸਲਾਮ ਕਰਕੇ ਆਦਾ, ਮੇਰਾ ਸਲਾਮ ਉਸਤਾਦੇ ਤੇ ਜਿਹਦੀ ਇਮਾਮਤ ਦੀ ਪਹਿਲੀ ਸ਼ਾਮ ਹੀ ਸ਼ਾਮ ਏ ਗਰੀਬ ਹੈ। ਅਗਲਾ ਸਲਾਮ ਸੁਣਿਆ, ਬਾਰਵਾਂ ਦਾ ਮੇਰਾ ਸਲਾਮ ਉਸਤਾਦੇ ਤੇ। ਇਸ ਗੱਲ ਤੇ ਮਾਤਮੀ ਬੇਬਸ ਹਾਏ ਕਰਸਣ, ਬਾਰਵਾਂ ਦਾ ਮੇਰਾ ਸਲਾਮ ਉਸਤਾਦੇ ਤੇ ਜਿਹਨੂੰ ਚੌਕਾਂ ਜ਼ਿਬਾ ਕਰ ਦਿੱਤਾ। ਜਿਹੜਾ ਜ਼ਰਬਾਂ ਦਾ ਮਖਤੂਲ ਨਹੀਂ, ਜਿਹੜਾ ਬਾਜ਼ਾਰਾਂ ਦਾ ਮਖਤੂਲ ਏ। ਕਿਨਾਂ ਢੱਡਾ ਸਾਹ ਭਰ ਲਿਆ, ਕਿਨਾਂ ਦੀ ਹਾਏ ਨਿਕਲ ਆਈ, ਕਿਨਾਂ ਦੀ ਹੰਜ ਨਿਕਲ ਆਈ। ਮੈਂ ਤੈਨੂੰ ਬਿਲਕੁਲ ਵਹਿਣ ਦੇ ਕਰੀਬ ਪਿਆ ਕਰਦਾ। ਜਿਹੜਾ ਚੌਥਾ ਸਲਾਮ ਏ ਉਹ ਸਾਰੇ ਮੇਰੇ ਵੱਲ ਵੇਖ ਕੇ ਸੁਣੋ ਚਾ, ਬਸ ਸਾਡੀ ਹਾਏ ਚ ਕਰੋ ਤੇ ਮੈਂ ਵਹਿਣ ਚ ਕਰਾਂ। ਰੋਣ ਵਾਲੇ ਲੋਕਾਂ ਮੈਨੂੰ ਵੇਖ ਕੇ ਸੁਣ ਸੋ ਤੇ ਮੈਂ ਪੜ੍ਹ ਲਈ ਸਾਂ। ਬਾਰਵਾਂ ਦਾ ਮੇਰਾ ਸਲਾਮ ਉਸ ਦਾਦੇ ਤੇ। ਮੈਨੂੰ ਵੇਖਣਾ ਛੋਟੇ ਬਾਈ, ਮੈਂ ਪੜਦਾ ਖਲੋਤਾ। ਬਾਰਵਾਂ ਦਾ ਮੇਰਾ ਸਲਾਮ ਉਸ ਦਾਦੇ ਤੇ ਜਿਹੜਾ ਬਾਜ਼ਾਰ ਦੀ ਭੀੜ ਚ ਅਰਕਾਂ ਤੇ ਜ਼ਾਨੂਆਂ ਦੇ ਬਾਹਰ ਟੁਰ ਟੁਰ ਕੇ ਨਿੱਕੀ ਭੈਣ ਲੱਭਦਾ, ਜਿਹੜਾ ਰਸ਼ ਦੇ ਵਿੱਚ ਤੜਪ ਤੜਪ ਕੇ ਆਦਾਈ ਵੇ ਬਾਬਾ ਕੁਰਾਨ ਸੁਣਾ, ਮੈਥੋਂ ਮਾਸੂਮਾ ਨਿਖੜ ਗਈ ਏ। ਬਾਬਾ ਕੁਰਾਨ ਸੁਣਾ ਮੈਥੋਂ ਭੈ। ਅੱਛਾ ਇਹਦਾ ਹੁਕਮ ਚ ਪੂਰਾ ਕਰਾਂ, ਚਲੋ ਕੰਜੂਸੀ ਨਾ ਹੋ ਜਾਵੇ। ਰੋਣ ਵਾਲੇ ਲੋਕਾਂ, ਵਹਿਣ ਕਰਨ ਵਾਲੇ ਅਜ਼ਾਦਾਰਾਂ, 36 ਸ਼ਹਿਰਾਂ ਚ ਜਿੱਥੇ ਸੈਯਦ ਜ਼ਾਦੀ ਨੂੰ ਮੁਸਲਮਾਨ ਖੁਮਸ ਦਿੰਦੇ ਆ। ਕੀ ਦਿੰਦੇ ਆ? ਵਹਿਣ ਕਰਦਾ ਦਿਲ ਬਸ ਖੁਮਸ ਦਿੰਦੇ ਆ। ਇਹ ਸੈਯਦ ਜ਼ਾਦੀ ਰੋਂਦੀ ਆ, ਇਹ ਰੋਵੇ ਆ, ਮੁੜ ਰੋਂਦਾ ਵੇਖ ਕੇ ਵਿਰਾ ਰੋਂਦਾ, ਔਰ ਵਿਰਾ ਦਾ ਰੋਣਾ ਬਰਦਾਸ਼ਤ ਨਹੀਂ ਕਰ ਸਕਦੇ। ਬਾਜ਼ਾਰੇ ਸ਼ਾਮ 5 ਲੱਖ ਦਾ ਮਜਮਾ, ਮੁਸਲਮਾਨ ਚਾਇਆ ਹੱਥ ਉਸ ਖੁਮਸ ਦਿੱਤਾ। ਸੈਯਦਜ਼ਾਦੇ ਜਲਦੀ ਸਮਝਣ ਗਏ, ਜਿਨ੍ਹਾਂ ਦੇ ਵਿਹੜੇ ਦਾ ਦਰਦ ਏ, ਖੁਮਸ ਦੀ ਆਵਾਜ਼ ਇਤਨੀ ਆਈ। ਮੈਂ ਫਿਰ ਆਖਾਂ, ਖੁਮਸ ਦੀ ਆਵਾਜ਼ ਇਤਨੀ ਆਈ, ਸਾਹਮਣੇ ਬਨੇਰੇ ਤੇ ਬੈਠਾ ਹੋਇਆ ਪਰਿੰਦਾ ਡਰ ਕੇ ਉੱਡ ਗਿਆ। ਆਵਾਜ਼ ਜੋ ਨਿਕਲੀ ਨਾ ਤੇ ਡਰ ਕੇ ਉੱਡਿਆ ਪਰਿੰਦਾ, ਤੇ ਇਹ ਸਜਾਦ ਮੁੜ ਕੇ ਡਿੱਠਾ। ਜਿੱਥੇ ਰੋਂਦੀ ਪਈ ਆਈ ਨਾ, ਜਿੱਥੇ ਰੋਂਦੀ ਪਈ ਆਈ, ਉੱਥਾਂ ਹੀ ਹਿਚਕੀ ਬੰਦ ਕਰਕੇ ਆਦੀਏ, ਤੂੰ ਨਾ ਰੋਵੀਂ, ਮੈਨੂੰ ਕਿਸੇ ਕੁਝ ਨਹੀਂ ਆਖਿਆ। ਉੱਚੀਆਂ ਬਾਈ ਕਰਕੇ ਰੋਣ ਵਾਲੇ ਅਜ਼ਾਦਾਰ, ਸਿਰ ਤੇ ਮਾਤਮ ਕਰਨ ਵਾਲੇ ਮੋਕਾਣੀ, ਗਿਰੀਏ ਦੀ ਲਹਿਰ ਬੁਲੰਦ ਹੋ ਜਾਵੇ, ਤੁਮੇ ਭਾਈ ਜਾਨ ਨੂੰ ਮਿੰਬਰ ਦੇਵਾਂ, ਮਜ਼ਮੂਨ ਬੰਨਣ ਦਾ ਤੇ ਵਕਤ ਨਹੀਂ, ਤੂੰ ਨਾ ਰੋਵੀਂ, ਮੈਨੂੰ ਕਿਸੇ ਕੁਝ ਨਹੀਂ ਆਖਿਆ। ਸਜਾਦ ਖਾਕ ਤੇ ਬਹਿ ਕੇ ਆਦੇ ਮਾਸੂਮਾ, ਮੈਂ ਜਿਵੇਂ ਅੱਗੇ ਵੇਨਾ, ਮੈਂ ਉਵੇਂ ਪਿੱਛੇ ਵੇਨਾ, ਮੈਂ ਹੁਣੇ ਵੇਖਿਆ ਮੁਸਲਮਾਨ ਤੈਨ ਮਾਰਿਆ, ਹਾਕੇ ਬਣਦਾ ਆਈ, ਮੈਂ ਤਿੰਨ ਤਸਲੀਆਂ ਦੇਵਾਂ, ਤੂੰ ਮੈਨ ਕਿਉਂ ਦੇਂਦੀ ਆਈ ਆਦੀ ਵੇ ਆਬਿਦ, ਇਸ ਬਾਜ਼ਾਰ ਜੇ ਮੈਂ ਮਰ ਗਈ।
ਤੂੰ ਮੈਨੂੰ ਚਾ ਵੀ ਲਈ ਸੈਂ, ਬਲਾਓ ਵੀ ਜਿਹਦੀ ਹਾਏ ਨਿਕਲੀਏ ਤੂੰ ਮੈਨੂੰ ਦਫਨਾ ਵੀ ਲਈ ਸੈਂ, ਜਿਹਦਾ ਮਾਤਮ ਦਾ ਹੱਥ ਅਜੇ ਤਾਈਂ ਹਾਂ ਤੇ ਨਹੀਂ ਆਇਆ, ਵਿਰਾ ਦੀਆਂ ਕੜੀਆਂ ਚੁੰਮ ਕੇ ਆਦੀਏ ਜੇ ਪਿਓ ਦੀਆਂ ਕਾਤਲਾਂ ਏ ਜੇ ਤੂੰ ਮਰ ਗਿਓ ਮੈਂ ਤੈਨੂੰ ਕਿਵੇਂ ਚੈਸਾ। ਮਰਹਬਾ ਬਈ ਮਰਹਬਾ ਬਈ ਮਰਹਬਾ ਬਈ ਅੱਲਾਹੋ ਅਕਬਰ, ਪਿਓ ਦੀਆਂ ਕਾਤਲਾਂ ਦੇ ਵਿੱਚ ਜੇ ਤੂੰ ਮਰ ਗਿਓ ਮੈਂ ਤੈਨੂੰ ਕਿਵੇਂ ਚੈਸਾ। ਮੇਰੇ ਹੱਥ ਰੁੱਝੇ ਹੋਏ ਚਵੀ ਨੂੰ ਆਪਣੇ ਕੋਲ ਚਮਨ ਅਬਾਸ, ਮੈਂ ਪੜਿਆ ਦੋ ਵੈਣ ਤੇ ਉਹਦਾ ਹੁਕਮ ਦਿੱਤਾ ਨੇ ਜੋ ਉਹ ਚ ਪੜ, ਇਸ ਤੋਂ ਪਹਿਲੇ ਤੁਹਾਨੂੰ ਦੁਆ ਦੇਣਾ ਚੇਲਮ ਕਰੀਬੇ ਸਾਰੇ ਸਾਜੀ ਹਾਏ ਕਰਕੇ ਆਮੀਨ ਆਖਿਆ। ਅੱਲਾ ਤੈਨੂੰ ਸ਼ਾਮ ਵੀ ਖਾਵੇ, ਜਿਸ ਬੰਦੇ ਹਾਏ ਕੋਈ ਨਹੀਂ ਕੀਤੀ ਉਹਦਾ ਆਪਣਾ ਮੁਕੱਦਰ, ਰੱਬ ਤੈਨੂੰ ਸ਼ਾਮ ਲੈ ਜਾਵੇ। ਹੋਰ ਰੋਣ ਵਾਲੇ ਲੋਕਾਂ ਬੰਦ ਤੇ ਦੋ ਸਫਦਰ ਡੋਗਰ ਮਰਹੂਮੋ ਮਗਫੂਰ ਦਿਲ, ਜਿਨ੍ਹਾਂ ਦਾ ਕਲਾਮ ਪਈਆ ਮੈਂ ਸੈਯਦਾ ਦੇ ਵਿੱਚ ਨਜ਼ਮ ਭਾਈਜਾਨ ਛਪਦਾ ਹਾਂ, ਬੜੀ ਦੇਰ ਪਹਿਲੇ ਮੈਂ ਪੜ੍ਹਿਆ ਲੇਕਿਨ ਕੁਦਰਤੀ ਬਾਦ ਅਕਸਰ ਸਰਦਾਰ ਹੁਸੈਨ ਬਾਜੀ ਮੈਂ ਸ਼ਾਮ ਪੜ੍ਹਦਾ ਹਾਂ। ਬੀਬੀ ਦੀ ਦਲੀਲ ਤੇ ਖਲੋ ਕੇ ਪਤਾ ਨੀ ਕਿਉਂ ਮੌਲਾ ਚਾਹੁੰਦਾ ਹਾਈ ਤੇ ਪਾਕਿਸਤਾਨ ਦੇ ਮੈਂਬਰ ਤੇ ਮੈਂ ਚਵੀ ਨੂੰ ਪੜ੍ਹਿਆ। ਹੋਰ ਰੋਣ ਵਾਲੇ ਲੋਕਾਂ ਤੁਹਾਨੂੰ ਵੀ ਸੁਣਾਵਾਂ, ਜਦੋਂ ਸ਼ਾਮ ਜਾਵੀਏ ਬੀਬੀ ਦੀ ਬਾਹਰ ਵਾਲੀ ਚੌਪੜ ਤੇ ਖਲੋ ਕੇ ਮੱਥੇ ਤੇ ਹੱਥ ਰੱਖ ਕੇ ਆਖੀ ਦੇ ਐ ਬਚਪਨ ਦੁਖੀਆ ਹਾਏ ਹੁਸੈਨ ਮੇਰੀ ਦਾ ਹੋ ਸਾਡਾ ਘਰ ਮਨਜ਼ੂਰ ਸਲਾਮੇ ਹੋਏ ਅਸੀਂ ਪਾਕਿਸਤਾਨ ਚੋਂ ਹਾਏ ਟੁਰ ਆਏ ਹਾਂ ਤੇਰੇ ਸ਼ਹਿਰ ਚ ਕਰਾ। ਮਰਹਬਾ ਮਰਹਬਾ ਮਰਹਬਾ, ਤੁਸੀਂ ਆਪਣੇ ਆਪ ਨੂੰ ਇੱਥੇ ਨਾ ਮਹਿਸੂਸ ਕਰੋ, ਬੁਰਜ ਨਾ ਮਹਿਸੂਸ ਕਰੋ, ਆਪਣੇ ਆਪ ਨੂੰ ਲਾਜ਼ੇ ਵਾਸਤੇ ਸਾਰੇ ਅਜ਼ਾਦਾਰ ਸ਼ਾਮ ਖਲਾਰੋ, ਬੀਬੀ ਦੀ ਬਾਹਰ ਵਾਲੀ ਚੌਖੜ ਤੇ ਮਹਿਸੂਸ ਕਰੋ ਤੇ ਮੈਂ ਅਗਲਾ ਬੈਣ ਕਰਦਾ ਐ ਬਚਪਨ ਦੁਖੀਆ। ਤੁਹਾਡੀ ਜ਼ਬਾਰੀ ਖਲਾ ਮੰਗਦਾ, ਮਜ਼ਮੂਨ ਤਾਂ ਮੈਂ ਨਹੀਂ ਪੜਿਆ। ਐ ਬਚਪਨ ਦੁਖੀਆ ਹਾਏ ਹੁਸੈਨ ਮੇਰੀ ਦਾ ਸਾਡਾ ਘਰ ਮਨਜ਼ੂਰ ਸਲਾਮੇ ਹੋਏ ਅਸੀਂ ਨਾ ਪੁੱਛਾ। ਮੈਂ ਦੋ ਬੇਣੀ ਕਰਦਾ ਉਸੇ ਤੇ ਸਲਾਮ ਕਰਦਾ ਐ ਬਚਪਨ ਦੁਖੀਆ ਹਾਏ ਹੁਸੈਨ ਮੇਰੀ ਦਾ ਸਾਡਾ ਘਰ ਮਨਜ਼ੂਰ ਸਲਾਮੇ ਹੋਏ ਅਸੀਂ ਪਾਕਿਸਤਾਨ ਚੋਂ ਹਾਏ ਟੁਰ ਆਏ ਹਾਂ ਤੇਰੇ ਸ਼ਹਿਰ ਚ ਕਰਾਣ। ਕਯਾਮੇ ਜਿਹੜਾ ਵੈਣ ਜ਼ਰੀ ਤੇ ਪੜਿਆ ਤੈਨੂੰ ਸੁਣਾਵਾਂ, ਜੇ ਮਾਤਮ ਦਾ ਵਾਅਦਾ ਕਰੇ ਆਖਿਆ ਬੀਬੀ ਧੀਆਂ ਭੈਣਾਂ ਨਾਲ ਲੈ ਕੇ ਰੋਟੀ ਟੁੱਕਰ ਪੁੱਤਰ ਨਹੀਂ ਮੰਗਣ ਆਏ। ਬੀਬੀ 1400 ਸਾਲ ਲੱਗ ਗਏ ਇੱਕੋ ਗੱਲ ਪੁੱਛਣ ਆਇਆ ਕੇ ਹਾਲ ਹੀ ਕੰਨ ਦਿਆ ਹਾਏ ਜ਼ਖਮਾ ਅੱਲਾਮਾਨ ਬਾਬਾ ਅੱਲਾਮਾਨ ਬਾਬਾ ਜਵਾਬ ਪੜਾਂ ਚਾ ਜਵਾਬ ਪੜਾਂ ਚਾ ਇਹੋ ਪੜਾਂ ਇਹੋ ਪੜਾਂ। ਅੱਛਾ ਜੀ ਮੇਰੀ ਇਬਾਦਤ ਇਤਨੀ ਵਾਰੀ ਅੱਖੋ ਕੇ ਹਾਲ ਹੀ ਕੰਨ ਦਿਆ ਕੇ ਹਾਲ ਹੀ ਕੰਨ ਦਿਆ, ਰੁਕ ਕੇ ਪੜਦਾ ਅਗਲਾ ਜੁਮਲਾ ਕੇ ਹਾਲ ਹੀ ਕੰਨ ਦਿਆ। ਆਪ ਪੜੋ ਮੇਰੇ ਨਾਲ ਜ਼ਾਕਿਰ ਬਣੋ
ਅੱਖਾਂ ਦੇ ਸਾਹਮਣੇ ਜ਼ਰੀ ਲੈ ਆਓ ਤੇ ਆਪ ਪੜੋ ਬੀਬੀ ਕੇ ਹਾਲ ਹੀ ਕੰਨ ਦੇ ਹਾਏ ਉਹ ਜ਼ਖਮਾਂ ਦਾ ਸਾਨੂੰ ਦੱਸ ਚਾ ਬਿਨ ਤੇ ਇਮਾਮੇ ਬੀਬੀ ਪਿਓ ਤੇ ਵੀਰਾਂ ਦੇ ਮਾਤਮੀ ਪੇ ਪੁੱਛਦੇ ਨੀ ਤੂੰ ਕਿਸ ਕਿਸ ਮੋੜ ਚ ਕਤਲ ਹੋਈਏ ਹਾਲ ਹੋਏ ਹਾਲ ਹੋਏ ਹਾਲ ਹੋਏ ਤੂੰ ਕਿਸ ਕਿਸ ਮੋੜ ਚ ਕਤਲ ਹੋਈਏ ਖੁਦ ਦੱਸ ਉਹ ਸੈਣ ਮਕਾਮੇ ਮਕਾਮੇ ਮੁਕਦੀ ਮੇਰੇ ਹਿੱਸੇ ਦੀ ਇਬਾਦਤ ਆਓ ਤੁਹਾਨੂੰ ਜਵਾਬ ਸੁਣਾਵਾਂ ਤੇ ਮਿੰਬਰ ਭਾਈ ਜਾਨ ਨੂੰ ਦੇਵਾਂ ਸ਼ਬੀਰ ਦੀ ਧੀ ਦਾ ਜਵਾਬ ਜਿਹੜਾ ਕੋਈ ਨਹੀਂ ਪੜਦਾ ਉਹ ਤਿੰਨ ਚਾਰ ਸੁਣਾਵਾਂ ਰੋ ਰੋ ਕੇ ਜ਼ਾਇਰੀਨ ਨੂੰ ਆਦੀਏ ਮੇਰੇ ਪਿਓ ਦਾ ਪੁਰਸਾ ਸਲਾਮ ਦੇ ਹਾਇਓ ਦੱਸਦੀ ਹਾਂ ਮੈਂ ਦਰਦ ਰਸੀਦਾ ਇੱਕ ਵਾਰੀ ਹੱਥ ਰੋਕੋ ਤੇ ਸਤਰ ਸੁਣੋ ਤੇ ਮਿੰਬਰ ਛੋੜਾ ਤੈਨੂੰ ਇਵਾ ਇੱਕ ਵਾਰੀ ਹੱਥ ਰੋਕ ਕੇ ਸੁਣੀ ਹੋ ਤੈਨੂੰ ਇਵਜ ਸਲਾਮ ਦੇ ਦੱਸਦੀ ਹਾਂ ਮੈਂ ਦਰਦ ਰਸੀਦਾ ਮੈਂ ਦਰਦ ਰਸੀਦਾ ਇਸ ਮਜਮੇ ਦੇ ਵੇਲ ਪੀਰ ਹੁਸੈਨ ਬਾਜੀ ਤੁਹਾਡਾ ਵਸੇ ਵੇ ਮੈਨੂੰ ਨਹੀਂ ਪਤਾ ਕਿਤਨੇ ਬੰਦੇ ਨੇ ਜਿਨ੍ਹਾਂ ਦੇ ਹੱਥ ਬਣੇ ਮਾਤਾ ਵਸਦੇ ਨੇ ਸ਼ਬੀਰ ਦੀ ਧੀ ਦੇ ਕਬਰ ਚੋਂ ਵਹਿਣ ਬਲੰਦ ਹੋਏ ਆਦੀਏ ਮੇਰੇ ਪਿਓ ਦਾ ਮਾਤਮੀ ਮੈਥੋਂ ਆ ਪੁੱਛਿਆ ਤੇ ਤੈਨ ਪਈ ਦੱਸਣੀਆਂ ਮੇਰੀ ਕੰਡ ਤੇ ਨੀਲਨ ਹਾਇਓ ਚਾਬਕਾ ਦੇ ਹੋ ਬਿਆ ਪੈਰਾਂ ਦਾ ਰੰਗ ਲਾ ਲੇ ਜਿੰਦਾ ਹੱਥ ਬਣਿਆ ਮਾਧਵ ਕਣੇ ਬੀਬੀ ਦਾ ਵਹਿਣ ਆਇਆ ਹੈ ਰੋ ਰੋ ਕੇ ਆਦੀਏ ਮੇਰੇ ਦੋਵੇਂ ਹੱਥ ਹਿੰਨ ਗਰਦਨ ਵਿੱਚ ਅਜੇ ਦੁੱਖ ਦਿਨ ਕਬਰ ਮਾਸ਼ਾਅੱਲਾ ਜਜ਼ਾਕ ਅੱਲਾਹ ਨਫਾਕ ਤੋਂ ਸਭ ਗੁਨਾਹ ਮਨਜ਼ੂਰ ਫਰਮਾਏ ਬਾਨੀਆਂ ਨੇ ਮਦਦ ਰਸਤੇ ਮਰਹੂਮੀਨ ਦੇ ਸਰੀਰ ਕਬੀਰਾਂ ਗੁਨਾਹ ਮਾਫ ਫਰਮਾਏ ਮੁਮਿਨ ਹਜ਼ਰਤ ਤਸ਼ਰੀਫ ਰੱਖੋ।